ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਰਤਾਰਪੁਰ ਸਥਿਤ ਜੰਗ ਆਜ਼ਾਦੀ ਦੇ ਤੀਸਰੇ ਪੜਾਅ ਦਾ ਅੱਜ ਉਦਘਾਟਨ ਕੀਤਾ। ਇਸ ਮੌਕੇ ਤੇ ਅਜੀਤ ਪ੍ਰਕਾਸ਼ਨ ਸਮੂਹ ਦੇ ਮੁੱਖ ਸੰਪਾਦਕ ਅਤੇ ਜੰਗ ਆਜ਼ਾਦੀ ਫਾਊਂਡੇਸ਼ਨ ਦੇ ਚੇਅਰਮੈਨ ਡਾਕਟਰ ਬਰਜਿੰਦਰ ਸਿੰਘ ਹਮਦਰਦ, ਕੈਬਨਿਟ ਮੰਤਰੀ ਚਰਨਜੀਤ ਸਿੰਘ ਚੰਨੀ, ਜਲੰਧਰ ਤੋਂ ਲੋਕ ਸਭਾ ਮੈਂਬਰ ਸੰਤੋਖ ਸਿੰਘ ਚੌਧਰੀ, ਪਨਸਪ ਦੇ ਚੇਅਰਮੈਨ ਤਜਿੰਦਰ ਸਿੰਘ ਬਿੱਟੂ ਆਦਿ ਮੌਜੂਦ ਸਨ। ਅਜੀਤ ਅਖਬਾਰ ਸਮੂਹ ਦੇ ਪ੍ਰਬੰਧਕੀ ਸੰਪਾਦਕ ਡਾਕਟਰ ਬਰਜਿੰਦਰ ਸਿੰਘ ਹਮਦਰਦ ਦੀ ਅਗਵਾਈ ਵਾਲੀ ਟੀਮ ਨੂੰ ਇਸ ਵਿਲੱਖਣ ਸੰਕਲਪ ਨੂੰ ਮੂਰਤੀਮਾਨ ਕਰਨ ਲਈ ਵਧਾਈ ਦਿੰਦਿਆਂ ਕੈਪਟਨ ਅਮਰਿੰਦਰ ਸਿੰਘ ਨੇ ਇਸ ਉਪਰਾਲੇ ਦੀ ਭਰਵੀਂ ਸ਼ਲਾਘਾ ਕੀਤੀ ਹੈ। ਇਸ ਮੌਕੇ ਤੇ ਡਾਕਟਰ ਬਰਜਿੰਦਰ ਸਿੰਘ ਹਮਦਰਦ, ਕੈਪਟਨ ਅਮਰਿੰਦਰ ਸਿੰਘ, ਤਜਿੰਦਰ ਸਿੰਘ ਬਿੱਟੂ, ਚਰਨਜੀਤ ਸਿੰਘ ਚੰਨੀ ਅਤੇ ਚੌਧਰੀ ਸੰਤੋਖ ਸਿੰਘ ਨੇ ਕਿਹਾ, ਅੱਜ ਸਾਡੇ ਲਈ ਬਹੁਤ ਸੰਤੁਸ਼ਟੀ ਵਾਲੀ ਇੱਕ ਗੱਲ ਹੈ ਕਿ ਸਾਡੇ ਮਾਣਯੋਗ ਮੁੱਖ ਮੰਤਰੀ ਜੀ ਨੇ ਇਸ ਸ਼ਹੀਦਾਂ ਦੀ ਯਾਦ ਵਿੱਚ ਜੋ ਯਾਦਗਾਰ ਹੈ ਉਸਾਰੀ ਗਈ ਹੈ, ਉਸ ਦੇ ਤੀਸਰੇ ਪੜਾਅ ਦਾ ਜਿਹੜਾ ਕਿ ਮੇਨ ਤੀਸਰਾ ਪੜਾਅ ਸੀ, ਹਜੇ ਵੀ ਉਹਦੇ ਵਿੱਚ ਬਹੁਤ ਕੁਛ ਹੋਣ ਵਾਲਾ, ਅਸੀਂ ਕਰਾਂਗੇ ਅੱਗੋਂ ਕ੍ਰੀਏਟਿਵ ਹੋ ਕੇ, ਉਸ ਦਾ ਉਹਨਾਂ ਨੇ ਉਦਘਾਟਨ ਕੀਤਾ। ਇਸ ਤੋਂ ਪਹਿਲਾਂ ਉਹਨਾਂ ਨੇ ਮਿਨਾਰੇ ਸ਼ਹੀਦਾਂ ਦੇ ਵਿੱਚ ਉਸ ਸਮੇਂ ਨੂੰ, ਉਹਨਾਂ ਸ਼ਖਸੀਅਤਾਂ ਨੂੰ ਆਪਣੀ ਸ਼ਰਧਾ ਦੇ ਫੁੱਲ ਭੇਟ ਕੀਤੇ। ਉਸ ਤੋਂ ਬਾਅਦ ਉਹਨਾਂ ਨੇ ਇਸ ਦਾ ਵਿਧੀਵਤ ਉਦਘਾਟਨ ਕੀਤਾ। ਮੈਨੂੰ ਇਹ ਯਾਦ ਆ ਰਿਹਾ ਕਿ ਪਹਿਲਾਂ ਇੱਕ ਵਾਰੀ ਅਸੀਂ ਕੈਪਟਨ ਸਾਹਿਬ ਨੂੰ ਬੇਨਤੀ ਕੀਤੀ ਸੀ ਕਿ ਤੁਸੀਂ ਜ਼ਰੂਰ ਭਾਵੇਂ ਥੋੜ੍ਹੇ ਸਮੇਂ ਲਈ ਹੀ ਆਓ, ਇੱਥੇ ਜ਼ਰੂਰ ਦੇਖ ਕੇ ਜਾਓ। ਇਹ ਆਪਣੀ ਤਰ੍ਹਾਂ ਦਾ ਇੱਕ ਪ੍ਰਣਾਮ ਹੈ ਸਾਡੇ ਜਿਹੜੀਆਂ ਵਿਛੜੀਆਂ ਰੂਹਾਂ, ਜਿਨ੍ਹਾਂ ਨੇ ਬਹੁਤ ਕੁਛ ਦੇਸ਼ ਇਸ ਲਈ ਕੀਤਾ। ਇਹਨਾਂ ਨੇ ਇੱਕਦਮ ਕਿਹਾ ਕਿ ਮੈਂ ਜ਼ਰੂਰ ਆਊਂਗਾ। ਉਸ ਵੇਲੇ ਆ ਕੇ ਉਹਨਾਂ ਨੇ ਬਹੁਤ ਦਿਲਚਸਪੀ ਨਾਲ, ਡੂੰਘਾਈ ਨਾਲ ਇਹ ਸਾਰੇ ਆਪ ਇਸ ਨੂੰ ਦੇਖਿਆ। ਬੜੇ ਉਹ ਭਾਵੁਕ ਵੀ ਹੋਏ, ਖੁਸ਼ ਵੀ ਹੋਏ ਕਿ ਸਹੀ ਅਰਥਾਂ 'ਚ ਅਸੀਂ ਆਪਣੇ ਸ਼ਹੀਦਾਂ ਨੂੰ ਸ਼ਰਧਾਂਜਲੀ ਇਹ ਭੇਂਟ ਕਰ ਸਕੇ ਹਾਂ। ਪੰਜਾਬ ਵੱਲੋਂ ਇੱਕ ਉਹਨਾਂ ਨੂੰ ਬਹੁਤ ਅਨੋਖੀ ਸ਼ਰਧਾਂਜਲੀ, ਅਤੇ ਨਾਲ ਹੀ ਮੈਨੂੰ ਉਹਨਾਂ ਨੇ ਕਿਹਾ ਕਿ ਇਹ ਕਿੰਨਾ ਹੋ ਚੁੱਕਾ ਇਹਦਾ ਦੱਸੋ। ਮੈਂ ਕਿਹਾ ਜੀ ਇਹ ਤਿੰਨ ਪੜਾਵਾਂ 'ਚ ਹੋਣਾ ਸੀ, ਅਤੇ ਦੂਸਰੇ ਪੜਾਅ ਦਾ ਇਹ ਪਹਿਲਾ ਪੜਾਅ ਹੈ ਜਿਹੜਾ ਤੁਸੀਂ ਹੁਣ ਦੇਖਿਆ। ਮੇਰੀ ਇੱਛਾ ਸੀ ਤੁਸੀਂ ਆਓ, ਦੂਸਰੇ ਪੜਾਅ ਦਾ ਅਸੀਂ ਹਜੇ ਇਹਨੂੰ ਖਤਮ ਹਜੇ ਕਰਾਂਗੇ, ਉਹ ਤੁਹਾਡੇ ਸਹਿਯੋਗ ਦੀ ਲੋੜ ਆ। ਪਹਿਲੀ ਸਰਕਾਰ ਬਾਦਲ ਸਾਹਿਬ ਨੇ ਵੀ ਬੜਾ ਇਹਦੇ ਸਹਿਯੋਗ ਦਿੱਤਾ ਸੀ। ਇਹਨਾਂ ਨੇ ਕਿਹਾ ਕਿ ਬਿਲਕੁਲ ਸਾਡਾ ਪੂਰਾ ਸਹਿਯੋਗ ਭਾਵਨਾਵਾਂ ਤੁਹਾਡੇ ਨਾਲ, ਅਤੇ ਦੂਸਰਾ ਪੜਾਅ ਤੁਸੀਂ ਛੇਤੀ ਖਤਮ ਕਰੋ ਅਤੇ ਮੈਂ ਦੂਜੇ ਪੜਾਅ 'ਤੇ ਵੀ ਜ਼ਰੂਰ ਆਊਂਗਾ। ਉਸ ਤੋਂ ਬਾਅਦ ਸਾਨੂੰ ਇਹਨਾਂ ਵੱਲੋਂ, ਸਾਰੇ ਸਰਕਾਰ ਦੇ ਸਾਥੀਆਂ ਵੱਲੋਂ ਬਹੁਤ ਸਹਿਯੋਗ ਮਿਲਿਆ। ਅਸੀਂ ਦੂਸਰਾ ਪੜਾਅ ਜਿਹੜਾ ਇਹਦਾ ਉਹ ਖਤਮ ਕੀਤਾ, ਅਤੇ ਫਿਰ ਮੈਂ ਬੇਨਤੀ ਕੀਤੀ ਅਤੇ ਇਹਨਾਂ ਕਿਹਾ ਵੀ ਕੋਈ ਦਿਨ ਰੱਖੋ, ਮੈਂ ਆਊਂਗਾ ਵੀ, ਪੂਰਾ ਸਮਾਂ ਕੱਢ ਕੇ ਵੀ ਆਊਂਗਾ। ਅਤੇ ਮੇਰੀ ਇਹ ਇੱਛਾ ਹੈ ਕਿ ਵੱਧ ਤੋਂ ਵੱਧ, ਅੱਜ ਅਸੀਂ ਸੀਮਤ ਜੇ ਆਪਣੇ ਤੁਹਾਨੂੰ ਬੁਲਾਇਆ, ਪਰ ਇਹਨਾਂ ਕਿਹਾ ਵੀ ਮੇਰੀ ਇੱਛਾ ਕਿ ਵੱਧ ਤੋਂ ਵੱਧ ਜਿਹੜੇ ਦੇਖਣ, ਮਤਲਬ ਇਹ ਆਉਣ ਇਸ ਜਿਹੜੇ ਉਦਘਾਟਨੀ ਸਮਾਰੋਹ 'ਤੇ। ਅਤੇ ਮੈਨੂੰ ਯਾਦ ਹੈ ਬਾਹਰ ਅਸੀਂ ਕੀਤਾ ਅਤੇ ਉੱਥੋਂ ਉਸ ਵੇਲੇ ਮੇਰਾ ਖਿਆਲ 50,000 ਤੱਕ ਦੇ ਕਰੀਬ, ਜੇ ਮੈਂ ਭੁੱਲਦਾ ਨਹੀਂ, ਤਾਂ ਬੜਾ ਉਤਸ਼ਾਹ ਨਾਲ
ਸਾਰੇ ਦੂਰੋਂ ਦੂਰੋਂ ਸਾਰੇ ਦੇਖਣ ਆਏ ਸੀ। ਅਤੇ ਉਸ ਵੇਲੇ ਮੈਨੂੰ ਕੈਪਟਨ ਸਾਹਿਬ ਨੇ ਕਿਹਾ ਵੀ ਇਹਦਾ ਤੀਸਰਾ ਪੜਾਅ ਦਾ ਤੁਸੀਂ ਕੀ ਕਰਨਾ। ਮੈਂ ਕਿਹਾ ਜੀ ਤੀਸਰਾ ਪੜਾਅ ਤਾਂ ਤੁਹਾਡੇ ਸਹਿਯੋਗ ਨਾਲ ਹੀ ਬਣਨਾ, ਤੁਸੀਂ ਜੇ ਚਾਹੋਗੇ ਤਾਂ ਜ਼ਰੂਰ ਬਣਾਵਾਂਗੇ। ਉਹ ਕਹਿੰਦੇ ਜੀ ਹੁਣ ਤੁਹਾਡੀ ਡਿਊਟੀ ਹੈ। ਮੈਂ ਇੱਥੇ ਅਨਾਊਂਸ ਕਰ ਚੱਲਿਆ, ਜਿੰਨੇ ਪੈਸਿਆਂ ਦੀ ਲੋੜ ਆ ਤੁਸੀਂ ਦੱਸੋ, ਮੈਂ ਉਹ ਅਨਾਊਂਸ ਕਰ ਦਿੰਦਾ। ਅਤੇ ਜਿੰਨੀ ਰਕਮ ਮੈਂ ਉਦੋਂ ਕਹੀ, ਇਹਨਾਂ ਨੇ ਬਿਲਕੁਲ ਉਦੋਂ ਹੀ ਅਨਾਊਂਸ ਕੀਤਾ ਕਿ ਤੀਸਰਾ ਪੜਾਅ ਮੈਂ ਇਹ ਮੇਰੀ ਇੱਛਾ, ਮੇਰੀ ਇਹ ਹਦਾਇਤ ਆ। ਮੈਂ ਹਮਦਰਦ ਸਾਹਿਬ ਨੂੰ ਕਹਿੰਦਾ ਕਿ ਇਹ ਜ਼ਰੂਰ ਹੈ ਸੀਮਤ ਸਮੇਂ 'ਚ, ਨਿਸ਼ਚਿਤ ਸਮੇਂ 'ਚ ਇਹ ਪੂਰਾ ਕਰਨ। ਉਸ ਤੋਂ ਬਾਅਦ ਸਾਨੂੰ ਬੜਾ ਸਹਿਯੋਗ ਮਿਲਿਆ ਅਤੇ ਤੀਸਰਾ ਪੜਾਅ ਦਾ ਉਦਘਾਟਨ ਵੀ, ਮੈਨੂੰ ਇਸ ਗੱਲ ਦੀ ਬਹੁਤ ਸੰਤੁਸ਼ਟੀ ਹੈ ਕਿ ਉਹਨਾਂ ਦੇ ਸਹਿਯੋਗ ਨਾਲ, ਸਰਕਾਰ ਦੇ ਹਰ ਤਰ੍ਹਾਂ ਦਾ ਸਹਿਯੋਗ ਸਾਨੂੰ ਇਸ ਪ੍ਰੋਜੈਕਟ ਲਈ ਮਿਲਿਆ। ਅਸੀਂ ਤੀਸਰਾ ਪੜਾਅ ਜਿਹੜਾ ਅੱਜ ਉਹਨਾਂ ਤੋਂ ਇਸ ਦਾ ਉਦਘਾਟਨ ਕਰਾਇਆ। ਖੁਸ਼ੀ ਦਾ ਦਿਨ ਕਿ ਇੱਕ ਬਹੁਤ ਵੱਡਾ ਪੜਾਅ ਆਪਾਂ ਟੱਪ ਕੇ, ਅਸੀਂ ਨਹੀਂ ਸਰਦਾਰ ਬਰਜਿੰਦਰ ਸਿੰਘ, ਇਹਨਾਂ ਦੀ ਮਿਹਨਤ, ਇਹਨਾਂ ਦੀ ਹਿੰਮਤ, ਇਹਨਾਂ ਦੀ ਸੋਚ, ਔਰ ਇਹਨਾਂ ਨੇ ਫਿਰ ਕੰਮ ਕਰਾ ਕੇ ਆ ਦਿੱਤਾ। ਲੇਕਿਨ ਜਦੋਂ ਮੈਂ ਇਹਨਾਂ ਨਾਲ ਜਾ ਰਿਹਾ ਸੀ, ਪਹਿਲਾਂ ਵੀ ਦੇਖਿਆ ਹੁਣ ਵੀ, ਆਪਾਂ ਆਪਣੇ ਆਜ਼ਾਦੀ ਦਾ ਇਤਿਹਾਸ ਬਾਰੇ ਜ਼ਰੂਰ ਸੋਚਦੇ ਹਾਂ, ਲੇਕਿਨ ਜੋ ਕੁਛ ਹੋਇਆ, ਜੋ ਉਹਦੀ ਡੀਟੇਲਸ ਨੇ, ਉਹ ਸ਼ਾਇਦ ਆਪਾਂ ਭੁੱਲ ਜਾਂਦੇ ਜਾਂ ਯਾਦ ਨਹੀਂ ਕਰਦੇ ਜਾਂ ਕਈਆਂ ਨੂੰ ਪਤਾ ਨਹੀਂ। ਤਾਂ ਹੀ ਲੋੜ ਸੀ ਇਹੋ ਜਿਹੇ ਇੱਕ, ਮੈਂ ਕੀ ਕਹਾਂ, ਇੱਕ ਕਿਸਮ ਦਾ ਲੋਕਾਂ ਦਾ ਯਾਦਗਾਰ ਤਾਂ ਹੈ ਹੀ, ਪਰ ਆਉਣ ਵਾਲੀਆਂ ਪੀੜ੍ਹੀਆਂ ਨੂੰ ਦੱਸਣ ਲਈ ਇੱਕ ਇਸ ਕਿਸਮ ਦਾ ਯਾਦਗਾਰ, ਜੋ ਉਹ ਸਮਝ ਸਕਣ ਕਿ ਕੀ ਇਸ ਆਜ਼ਾਦੀ ਨੂੰ ਪ੍ਰਾਪਤ ਕਰਨ ਲਈ ਕੀ ਸਾਡੀ ਕੁਰਬਾਨੀਆਂ ਸਾਡੇ ਬਜ਼ੁਰਗਾਂ ਨੇ ਦਿੱਤੀਆਂ। ਅੱਜ ਪੰਜਾਬ ਦੇ ਮਾਣਯੋਗ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਜੀ ਨੇ ਜੰਗੇ ਆਜ਼ਾਦੀ ਦੇ ਤੀਸਰੇ ਪੜਾਅ ਦਾ ਆਪਣੇ ਘਰ ਕਮਲਾਂ ਨਾਲ ਉਦਘਾਟਨ ਕੀਤਾ ਹੈ। ਬਹੁਤ ਹੀ ਇਤਿਹਾਸਿਕ ਦਿਨ ਹੈ, ਕਿਉਂਕਿ ਜੰਗੇ ਆਜ਼ਾਦੀ ਜਿਹੜੇ ਸਾਡੇ ਸ਼ਹੀਦਾਂ ਦੀ ਜਿਹੜੀ ਉਹਨਾਂ ਦੀ ਯਾਦਗਾਰ ਹੈ, ਉਹਨਾਂ ਦਾ ਇੱਕ ਸਤੰਭ ਹੈ। ਔਰ ਇਸ ਦੇ ਵਿੱਚ ਤੁਸੀਂ ਅਗਰ ਦੇਖੋ ਤਾਂ ਅੱਜ, ਕਿਉਂਕਿ ਜਲ੍ਹਿਆਂਵਾਲੇ ਬਾਗ ਦਾ ਵੀ 100 ਸਾਲਾ ਅਸੀਂ ਇਹ ਇਹਨਾਂ ਦਿਨਾਂ 'ਚ ਮਨਾ ਰਹੇ ਹਾਂ, ਤਾਂ ਇਹ ਬਹੁਤ ਵੱਡੀ ਗੱਲ ਹੈ, ਕਿਉਂਕਿ ਇਹ ਜਿਹੜੀ ਤੀਸਰਾ ਪੜਾਅ ਹੈ ਉਹਦੇ ਵਿੱਚ ਵਿਸ਼ੇਸ਼ ਤੌਰ 'ਤੇ ਜਲ੍ਹਿਆਂਵਾਲੇ ਬਾਗ ਦਾ ਜ਼ਿਕਰ ਹੈ। ਤਾਂ ਮੈਂ ਜਿੱਥੇ ਡਾਕਟਰ ਬਰਜਿੰਦਰ ਸਿੰਘ ਜੀ ਹਮਦਰਦ, ਜਿਨ੍ਹਾਂ ਦੀ ਸੋਚ ਔਰ ਜਿਨ੍ਹਾਂ ਨੇ ਬਹੁਤ ਡੂੰਘਾਈ ਨਾਲ ਇਹਦੇ 'ਤੇ ਸਰਚ ਕਰਕੇ ਅੱਜ ਇਸ ਪ੍ਰੋਜੈਕਟ ਨੂੰ ਪੂਰਾ ਕੀਤਾ, ਤਾਂ ਜਿੱਥੇ ਉਹਨਾਂ ਨੂੰ ਵਧਾਈ ਦਿੰਦਾ, ਉੱਥੇ ਮਾਨਯੋਗ ਮੁੱਖ ਮੰਤਰੀ ਸਾਹਿਬ ਅਤੇ ਉਹਨਾਂ ਦੀ ਸਮੁੱਚੀ ਟੀਮ ਦਾ ਵੀ ਧੰਨਵਾਦ ਕਰਦਾ ਕਿ ਉਹਨਾਂ ਇੰਨਾ ਵੱਡਾ ਪ੍ਰੋਜੈਕਟ ਨੂੰ ਅੱਜ ਰਾਸ਼ਟਰ ਨੂੰ ਸਮਰਪਿਤ ਕੀਤਾ ਹੈ। ਅੱਜ ਜੰਗੇ ਆਜ਼ਾਦੀ ਦੇ ਤੀਸਰੇ ਚਰਨ ਦਾ ਉਦਘਾਟਨ ਜਿਹੜਾ ਮਾਨਯੋਗ ਮੁੱਖ ਮੰਤਰੀ ਜੀ ਨੇ ਕੀਤਾ, ਮੈਂ ਇਸ ਲਈ ਇੱਥੋਂ ਦੇ ਜਿਨ੍ਹਾਂ ਦੇ ਮੇਨ ਪ੍ਰਬੰਧਕ ਹੈ ਸਰਦਾਰ ਬਰਜਿੰਦਰ ਸਿੰਘ ਹਮਦਰਦ ਜੀ ਨੂੰ ਬਹੁਤ ਬਹੁਤ ਵਧਾਈ ਦਿੰਦਾ, ਜਿਨ੍ਹਾਂ ਨੇ ਬਹੁਤ ਹੀ ਮਿਹਨਤ ਦੇ ਨਾਲ ਇਸ ਨੂੰ ਬਣਾਇਆ ਅਤੇ ਇੱਕ ਬਹੁਤ ਹੀ ਅੱਛੀ ਯਾਦਗਾਰ ਸ਼ਹੀਦਾਂ ਦੀ ਜਿਹੜੀ ਬਣੀ ਹੈ। ਅੱਜ ਜੰਗੇ ਆਜ਼ਾਦੀ ਦਾ ਤੀਸਰਾ ਪੜਾਅ ਜਿਹੜਾ, ਉਸਦਾ ਉਦਘਾਟਨ ਮਾਨਯੋਗ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਜੀ ਕਰਕੇ ਗਏ। ਜੰਗੇ ਆਜ਼ਾਦੀ ਇੱਕ ਬਹੁਤ ਵੱਡਾ ਮੈਮੋਰੀਅਲ ਹੈ, ਜਿੱਥੇ ਦੇਸ਼ ਦੀ ਆਜ਼ਾਦੀ ਜਿਨ੍ਹਾਂ ਨੇ ਲੜੀ ਹੈ ਉਹਨਾਂ ਦੇ ਸਾਕੇ ਇੱਥੇ ਦਰਸਾਏ ਜਾਂਦੇ। ਔਰ ਮੈਂ ਸਮਝਦਾ ਕਿ ਜਦੋਂ ਅਸੀਂ ਦੇਖਦੇ ਹਾਂ ਉਦੋਂ ਹੀ ਸਾਡੇ ਰੋਂਗਟੇ ਖੜ੍ਹੇ ਹੁੰਦੇ, ਜਿਨ੍ਹਾਂ ਨੇ ਆਪਣੇ ਸਰੀਰ 'ਤੇ ਉਦੋਂ ਇਹ ਚੀਜ਼ਾਂ ਹਟਾਈਆਂ ਉਦੋਂ ਕਿਸ ਤਰ੍ਹਾਂ ਦੀ ਹਾਲਤ ਹੋਏਗੀ। ਸੋ ਮੈਂ ਸਮਝਦਾ ਕਿ ਜੰਗੇ ਆਜ਼ਾਦੀ ਦੀ ਜਿਹੜੀ ਨੂੰ ਪ੍ਰਮੋਟ ਕਰਨ ਵਾਸਤੇ, ਇਸ ਨੂੰ ਲੋਕਾਂ ਤੱਕ ਪਹੁੰਚਾਉਣ ਵਾਸਤੇ ਇੱਕ ਬਹੁਤ ਵੱਡੇ ਅੱਛੇ ਪ੍ਰੋਜੈਕਟ ਦਾ ਉਦਘਾਟਨ ਹੋਇਆ। ਇਸ ਦੇ ਨਾਲ ਨਾਲ ਮੇਰੇ ਜਲੰਧਰ ਸ਼ਹਿਰ ਵਾਸਤੇ ਅੱਜ 200 ਕਰੋੜ ਰੁਪਏ ਦੇ ਪ੍ਰੋਜੈਕਟ, ਉਹਨਾਂ ਦਾ ਉਦਘਾਟਨ ਕੈਪਟਨ ਅਮਰਿੰਦਰ ਸਿੰਘ ਅੱਜ ਇੱਥੋਂ ਡਿਜੀਟਲ ਕਰਕੇ ਗਏ ਆ, ਜਿਹਦੇ ਵਿੱਚ LED ਲਾਈਟਸ ਹੈ, ਜਿਹਦੇ ਵਿੱਚ ਸਮਾਰਟ ਸਕੂਲਜ਼ ਹੈ, ਜਿਹਦੇ ਵਿੱਚ ਸਟੋਰਮ ਵਾਟਰ ਮੈਨੇਜਮੈਂਟ ਹੈ, ਸਟੋਰਮ ਸੀਵਰੇਜ ਮੈਨੇਜਮੈਂਟ ਹੈ, ਟ੍ਰੈਫਿਕ ਸਾਈਨਸ ਹੈ, ਇਹ ਸਾਰੀਆਂ ਚੀਜ਼ਾਂ, ਸਵੀਪਿੰਗ ਮਸ਼ੀਨ ਹੈ। ਇਹ 200 ਕਰੋੜ ਰੁਪਏ ਦੇ ਜਿਹੜੇ ਅੱਜ ਉਹਨੇ ਉਦਘਾਟਨ ਕੀਤੇ। ਇਸ ਦੇ ਨਾਲ ਜਲੰਧਰ ਸ਼ਹਿਰ ਦੀ ਜਿਹੜੀ ਇਨ ਰੀਅਲ ਸੈਂਸ ਜਿਹੜੀ ਸਮਾਰਟਨੈਸ ਆਏਗੀ,
और जलंधर शहर साफ होएगा, पानी होएगा। इस दे नाल नाल बहुत सारे जिहड़े पिंडां दे वाटर सप्लाई है उन्हां दा भी उद्घाटन किया, जलंधर वैस्ट का, शाहकोट का, कई डिस्ट्रिक्ट का किया। सो मैं समझदा कि कैप्टन साहब ये सानू एक आज़ादी दे दिन ते तोहफा दे के गए। उन्हें धन्यवाद कह।